ਜਦੋਂ ਵਰਕਰ ਦੀ ਹਾਰ ਲੱਗਦੀ ਏ ਕਿਤੇ ਅਕਾਲੀ ਦਲ ਵਾਲਾ ਕੰਮ ਨਾ ਹੋਵੇ ਤੁਹਾਡੇ ਨਾਲ ਵੀ, ਕਿ ਆਮ ਆਦਮੀ ਪਾਰਟੀ ਵੀ ਖਿਲਰਤੀ ਨਜ਼ਰ ਆਵੇ ਤੇ ਨਾ ਹੀ ਕੋਈ ਵਰਕਰ ਬਚੇ ਤੇ ਨਾ ਹੀ ਤੁਹਾਡੇ ਲੀਡਰ ਬਚਨ। ਹਾ ਹਾ ਹਾ, ਆਮ ਆਦਮੀ ਪਾਰਟੀ ਨੂੰ ਉਸਦਾ ਹੀ ਪੁਰਾਣਾ ਵਰਕਰ ਦੇ ਰਿਹਾ ਏ, ਹਾ ਅਕਾਲੀ ਦਲ ਵਰਗਾ ਤੁਹਾਡਾ ਹਾਲ ਹੋ ਜਾਏ। ਆਖਿਰਕਾਰ ਹਰਚਰਨ ਸਿੰਘ ਸੰਧੂ ਨਾਮ ਦਾ ਪੁਰਾਣਾ ਵਲੰਟੀਅਰ ਅੱਜ ਆਪ ਦੇ ਖਿਲਾਫ ਕਿਉਂ ਹੋ ਗਿਆ ਹੈ? ਦਰਅਸਲ ਆਪ ਦੇ ਖਿਲਾਫ ਨਹੀਂ ਬਲਕਿ ਆਪ ਦੇ ਕੁਝ ਲੀਡਰਾਂ ਦੇ ਖਿਲਾਫ ਹੋਇਆ, ਕਿਉਂਕਿ ਇਸ ਦੀ ਟਿਕਟ ਦੇ ਕੇ ਕੱਟ ਦਿੱਤੀ ਗਈ ਹੈ। ਤੋ ਇਸ ਦਾ ਦਾਅਵਾ ਹੈ ਕਿ ਇਹ ਟਿਕਟਾਂ ਵੇਚੀਆਂ ਜਾ ਰਹੀਆਂ ਨੇ। ਤੁਸੀਂ ਆਪ ਹੀ ਦੇਖ ਲਵੋ, ਹਰਚਰਨ ਸਿੰਘ ਸੰਧੂ ਜਲੰਧਰ ਦਾ ਸਭ ਤੋਂ ਪੁਰਾਣਾ ਵਰਕਰ ਕਿਵੇਂ ਆਪ ਤੋਂ ਨਾਰਾਜ਼ ਹੋ ਕੇ ਆਪਣਾ ਗੁੱਸਾ ਕੱਢ ਰਿਹਾ ਹੈ, ਇਲਜ਼ਾਮ ਲਾ ਰਿਹਾ ਹੈ, ਕਿਵੇਂ ਲੀਡਰਾਂ ਦੇ ਨਿਸ਼ਾਨੇ ਸਾਧ ਰਿਹਾ ਹੈ। ਤੁਸੀਂ ਆਪ ਹੀ ਦੇਖ ਲਵੋ, ਵਾਇਰਲ ਹੋ ਰਹੀ ਹੈ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਆਮ ਆਦਮੀ ਪਾਰਟੀ ਪੰਜਾਬ ਨੇ ਕੁਛ ਸਮੇਂ ਪਹਿਲਾਂ ਜੋ ਲਿਸਟ ਕੱਢੀ ਸੀਗੀ ਉਹਦੇ ਵਿੱਚ ਇੱਕ ਆਮ ਵਰਕਰ ਜੋ ਵਾਰਡ ਨੰਬਰ 56 ਤੋਂ ਮੈਨੂੰ ਦਿੱਤੀ ਗਈ ਸੀ, ਪਾਰਟੀ ਨੇ ਬਹੁਤ ਹੀ ਵਧੀਆ ਕੀਤਾ, ਮੈਂ ਪਾਰਟੀ ਦੇ ਖਿਲਾਫ ਨਹੀਂ ਜਾ ਰਿਹਾ, ਪਰ ਪਾਰਟੀ ਨੇ ਜੋ ਇੱਥੇ ਬੰਦੇ ਲਾਏ ਆ, ਪਵਨ ਕੁਮਾਰ ਟੀਨੂ ਤੇ ਮਹਿੰਦਰ ਭਗਤ ਨਾਲ ਦੀਪਕ ਬਾਲੀ, ਇਹ ਪੈਸੇ ਖਾਤਰ ਟਿਕਟਾਂ ਨੂੰ ਵੇਚ ਰਹੇ ਆ। ਮਿਹਨਤ ਵਾਲੇ ਬੰਦਿਆਂ ਨੂੰ 2012 ਤੋਂ ਮੀਂਹ ਨਹੀਂ ਵੇਖਿਆ, ਹਨੇਰੀ ਨਹੀਂ ਵੇਖੀ ਤੇ ਅਸੀਂ ਦਿਨ ਰਾਤ ਮਿਹਨਤ ਕਰਦੇ ਰਹੇ ਹਾਂ ਤੇ ਅੱਜ ਪੈਸੇ ਵਾਲਿਆਂ ਨੂੰ ਅੱਗੇ ਲਿਆ ਕੇ ਤੇ ਮਿਹਨਤ ਵਾਲਿਆਂ ਨੂੰ ਪਿੱਛੇ ਕਰਕੇ ਅੱਜ ਇੱਕ ਵਰਕਰ ਦੀ ਬੇਇੱਜ਼ਤੀ ਨਹੀਂ ਕੀਤੀ ਇਹਨਾਂ ਨੇ, ਇਹ ਪੂਰੀ ਪਾਰਟੀ ਦੀ ਬਦਨਾਮੀ ਹੈ, ਇਹ ਪੂਰੇ ਪੰਜਾਬ ਦੇ ਵਿੱਚ ਰੋਸ ਹੈ ਕਿ ਇਹ ਜਿਹੜੀ ਟਿਕਟ ਕੱਟੀ ਗਈ ਹੈ ਵਰਕਰਾਂ ਦੀਆਂ ਟਿਕਟਾਂ, ਇੱਕ ਲਿਸਟ ਆਉਣ ਤੋਂ ਬਾਅਦ ਵੀ ਕੱਟੀ ਜਾਵੇ, ਇਹ ਸਾਰੀ ਲੋਕਲ ਲੀਡਰਸ਼ਿਪ ਦਾ ਆ, ਨਾਲ ਸ਼ਹਿਰੀ ਕਲਸੀ ਜੋ ਕਿ ਇੱਕ ਬੰਦੇ ਨੂੰ ਜਿਹਨੂੰ ਟਿਕਟ ਦਿੱਤੀ ਗਈ 56 ਨੰਬਰ ਕੱਟ ਕੇ, ਉਹਦੇ ਵਿੱਚ ਸ਼ਹਿਰੀ ਕਲਸੀ ਦਾ ਬਹੁਤ ਵੱਡਾ ਹੱਥ ਏ। ਇੰਡੀਆ ਕੋਲ ਕੋਲਾ ਚੈੱਕ ਕਰੋ ਕਿ ਕਿੰਨੀ ਵਾਰੀ ਉਹਦੇ ਨਾਲ ਗੱਲ ਹੁੰਦੀ ਹੈ, ਪੈਸੇ ਜੋ ਮੈਂ ਕਹਿੰਦਾ ਅੱਜ ਜੋ ਇਹਨਾਂ ਨੇ ਘਾਣ ਕੀਤਾ ਵਰਕਰ ਦਾ, ਇਹ ਕਦੀ ਜ਼ਿੰਦਗੀ 'ਚ ਨਹੀਂ ਹੋਇਆ। ਮੈਂ ਬੇਨਤੀ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਸਾਰੀ ਲੀਡਰਸ਼ਿਪ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ, ਸੰਦੀਪ ਪਾਠਕ ਜੀ ਨੂੰ, ਦੀਪਕ ਚੌਹਾਨ ਜੀ ਨੂੰ, ਵਿਸ਼ਵਿੰਦਰ ਜੀ ਨੂੰ, ਸਤੀਸ਼ ਜੀ ਨੂੰ, ਕਿ ਇਹ ਜਿਹੜਾ ਸਾਡੇ ਨਾਲ ਘਾਣ ਕੀਤਾ ਗਿਆ, ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੀ ਸਰਕਾਰ ਏ, ਜੇ ਤੁਹਾਡੇ ਵਰਕਰਾਂ ਦੇ ਨਾਲ ਧੱਕਾ ਹੋਣ ਲੱਗ ਗਿਆ ਤੇ ਫੇਰ ਦੱਸੋ ਇਹ ਗਰੀਬ ਵਰਕਰ ਟੁੱਟਦਾ ਜਾਏਗਾ ਤੇ ਪੈਸੇ ਵਾਲਿਆਂ ਨੂੰ ਅੱਗੇ ਲੈ ਕੇ ਆਓਗੇ? ਏਦਾਂ ਨਾ ਕਰੋ, ਮੈਂ ਬੇਨਤੀ ਕਰਦਾ ਤੁਹਾਡੇ ਅੱਗੇ, ਬਹੁਤ ਹੀ ਮਾੜਾ ਕੰਮ ਅੱਜ ਹੋਇਆ ਆ, ਇੱਕ ਵਰਕਰ ਦੇ ਤੁਸੀਂ ਅਰਮਾਨ ਤੋੜੇ ਆ, ਇੱਕ ਵਰਕਰ ਦੇ ਨਹੀਂ ਕਈ ਵਰਕਰਾਂ ਦੇ ਜਲੰਧਰ ਵੈਸਟ ਦੇ ਵਿੱਚ, ਕਿਉਂਕਿ ਇਹ ਟਿਕਟਾਂ ਵੇਚਣ ਲੱਗ ਗਏ ਆ, ਇਹ ਪੈਸੇ ਲੈਣ ਲੱਗ ਗਏ ਆ, ਅਮੀਰ ਬੰਦਿਆਂ ਨੂੰ ਅੱਗੇ ਕਰ ਦਿੱਤਾ ਆ। ਮੈਂ ਬੇਨਤੀ ਕਰਦਾ ਪਾਰਟੀ ਨੂੰ ਸੰਭਾਲ ਲਓ, ਅਸੀਂ 2012 ਤੋਂ ਲੱਗ ਕੇ ਹੁਣ ਤੱਕ ਨਿਸਵਾਰਥ ਸੇਵਾ ਕੀਤੀ ਪਾਰਟੀ ਦੀ, ਕਦੀ ਕੁਛ ਮੰਗਿਆ ਨਹੀਂ ਪਾਰਟੀ ਤੋਂ, ਪਰ ਅੱਜ ਜੋ ਇਹਨਾਂ ਨੇ ਸਾਡੀ ਬਦਨਾਮੀ ਨਹੀਂ ਹੋਈ, ਇਹ ਆਮ ਆਦਮੀ ਪਾਰਟੀ ਦੀ ਬਦਨਾਮੀ ਹੋਈ ਹੈ ਕਿ ਇੱਕ ਵਰਕਰ ਜਿਹੜਾ 2012 ਤੋਂ ਦਿਨ ਰਾਤ ਗਲੀਆਂ 'ਚ ਘੁੰਮ ਰਿਹਾ, ਹਰਿਆਣੇ 'ਚ ਜਾ ਕੇ ਪੂਰੇ ਪੰਜਾਬ 'ਚ ਜਾ ਕੇ ਕੰਪੇਨ ਕਰਦੇ ਆ, ਅਸੀਂ ਇੰਨੇ ਮਾੜੇ ਹੋ ਗਏ ਕਿ ਸਾਡੀ ਟਿਕਟ ਕੱਟ ਦਿੱਤੀ ਗਈ, ਕਿਉਂ ਕੱਟੀ ਗਈ? ਅਸੀਂ ਮੰਗੀ ਥੋੜੀ ਸੀ, ਇਹ ਸਾਡਾ ਹੱਕ ਬਣਦਾ ਸੀ ਜੋ ਆਮ ਆਦਮੀ ਪਾਰਟੀ ਨੇ ਦਿੱਤਾ ਹੈ। ਮੈਂ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਆ, ਪਰ ਮਹਿੰਦਰ ਭਗਤ, ਦੀਪਕ ਬਾਲੀ ਤੇ ਦੂਜਾ ਪਵਨ ਕੁਮਾਰ ਟੀਨੂ ਤੇ ਸ਼ਹਿਰੀ ਕਲਸੀ,
ਇਹਨਾਂ ਨੂੰ ਰਾਜਨੀਤੀ ਤੋਂ ਦੂਰ ਕਰ ਲਓ, ਨਹੀਂ ਤੇ ਇਹਨਾਂ ਨੇ ਤੁਹਾਡੀ ਪਾਰਟੀ ਖਤਮ ਕਰ ਦੇਣੀ ਹੈ। ਤੁਸੀਂ ਬਹੁਤ ਗਲਤ ਕੀਤਾ ਇਹਨਾਂ ਬੰਦਿਆਂ ਦੇ ਹੱਥ ਦੇ ਵਿੱਚ ਬਾਗਦੌੜ ਦੇ ਕੇ। ਪਰ ਮੈਂ ਇੱਕ ਬੇਨਤੀ ਕਰਦਾ ਹਾਂ, ਜਦੋਂ ਵਰਕਰ ਦੀ ਹਾਰ ਲੱਗਦੀ ਹੈ, ਕਿਤੇ ਅਕਾਲੀ ਦਲ ਵਾਲਾ ਕੰਮ ਨਾ ਹੋਵੇ ਤੁਹਾਡੇ ਨਾਲ ਵੀ, ਕਿ ਆਮ ਆਦਮੀ ਪਾਰਟੀ ਵੀ ਖਿਲਰਦੀ ਨਜ਼ਰ ਆਵੇ, ਤੇ ਨਾ ਹੀ ਕੋਈ ਵਰਕਰ ਬਚੇ ਤੇ ਨਾ ਹੀ ਤੁਹਾਡੇ ਲੀਡਰ ਬਚਨ। ਜਿਹੜੇ ਲੀਡਰ ਤੁਸੀਂ ਕੱਲ ਲੈ ਕੇ ਆਏ ਹੋ, ਉਹਨਾਂ ਦੀਆਂ ਟਿਕਟਾਂ ਉਹਨਾਂ ਦੀਆਂ ਪੱਕੀਆਂ ਕਰਕੇ ਉਹਨਾਂ ਨੂੰ ਤੁਸੀਂ ਦੇ ਰਹੇ ਹੋ। ਕੋਈ ਮੇਅਰ ਬਣ ਕੇ ਬੈਠਾ ਹੋਇਆ, ਕੋਈ ਡਿਪਟੀ ਮੇਅਰ ਬਣ ਕੇ ਬੈਠਾ ਹੋਇਆ, ਪਰ ਵਰਕਰ ਇੱਕ ਕੌਂਸਲਰ ਦੀ ਟਿਕਟ ਹੀ ਮੰਗਦਾ ਸੀ ਤੇ ਤੁਸੀਂ ਦਿੱਤੀ, ਮਾਨ ਸਨਮਾਨ ਦਿੱਤਾ। ਪਰ ਬੇਨਤੀ ਹੈ, ਤੁਸੀਂ ਵਰਕਰ ਦੀ ਬੇਇੱਜ਼ਤੀ ਕਰ ਦਿੱਤੀ ਹੈ। ਜਿਹੜਾ ਇਹ ਰੋਸ ਹੈ ਪੂਰੇ ਪੰਜਾਬ ਦੇ ਵਿੱਚ ਚੱਲੇਗਾ, ਅਸੀਂ ਆਪ ਆਪਣੀ ਪੂਰੀ ਟੀਮ ਲੈ ਕੇ ਉਤਰਾਂਗੇ ਤੇ ਵਿਰੋਧ ਕਰਾਂਗੇ ਇਹਨਾਂ ਦਾ ਕਿ ਇਹਨਾਂ ਨੇ ਪੈ ਟਿਕਟਾਂ ਵੇਚ ਕੇ ਦਿੱਤੇ ਆ। ਮੈਂ ਬੇਨਤੀ ਕਰਦਾ ਫੇਰ ਦੁਬਾਰਾ, ਇਹਦੇ ਤੇ ਇੱਕ ਵਾਰੀ ਵਰਕ ਕਰਕੇ ਇਹਨਾਂ ਬੰਦਿਆਂ ਦੀ ਛਾਣਬੀਣ ਕਰੋ। ਇਹ ਟਿਕਟਾਂ ਵੇਚਦੇ ਪਏ ਆ, ਬਸ ਇਸ ਤੋਂ ਇਲਾਵਾ ਅਸੀਂ ਹੋਰ ਕੁਛ ਨਹੀਂ ਕਹਿਣਾ ਚਾਹੁੰਦੇ। ਵਰਕਰਾਂ ਦਾ ਜਿਹੜਾ ਹੱਕ ਦੇ ਦਿਓ, ਨਹੀਂ ਤੇ ਬਹੁਤ ਹੀ ਮਾੜਾ ਹੈਗਾ, ਪਾਰਟੀ ਅਕਾਲੀ ਦਲ ਨਾਲੋਂ ਵੀ ਭੈੜੀ ਹੋ ਜਾਏਗੀ। ਧੰਨਵਾਦ ਜੀ।